ਬਿਸਮਿਲ੍ਲਾਹਿਰ ਰਹਿਮਾਨ ਰਹੀਮ तमाम ਦੇਖਣ ਔਰ ਸੁਣਨ ਵਾਲਿਆਂ ਨੂੰ ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਜੱਟ ਜ਼ਿੰਮੇਦਾਰ ਵਲੌਗਸ ਦੇ ਨਾਂ ਤੋਂ ਇਹਨੂੰ ਸਬਸਕ੍ਰਾਈਬ ਵੀ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਦੇ ਰਹਿਣਾ ਔਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਜੇ ਕਿ ਸਾਹਮਣੇ ਸ਼ਾਇਦ ਤੁਹਾਨੂੰ ਨਜ਼ਰ ਵੀ ਆ ਰਿਹਾ ਹੋਵੇ ਕਿ ਅਸੀਂ ਅੱਜ ਆਪਣੀ ਜਿਹੜੀ ਮੱਕੀ ਦੀ ਫਸਲ ਆ ਉਹਨੂੰ ਆਈ ਦਾਣੇਦਾਰ ਜਿਹੜੀ ਆ ਉਹ ਸਟਾਰਟ ਕੀਤੀ ਹੋਈ ਹੈ ਔਰ ਅੱਜ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ ਕਿ ਅਸੀਂ ਇਹ ਮੱਕੀ ਜਿਹੜੀ ਹੈ ਕਦੋਂ ਕਾਸ਼ਤ ਕੀਤੀ ਸੀ ਅੱਜ ਇਹ ਕਿੰਨੇ ਦਿਨ ਦੀ ਹੋ ਗਈ ਆ ਕਿਹੜਾ ਵਿਕਾਸ ਕੀਤਾ ਕਿੰਨੇ ਦਿਨ ਬਾਅਦ ਅਸੀਂ ਦਾਣੇਦਾਰ ਪਾ ਰਹੇ ਹਾਂ ਔਰ ਉਸ ਤੋਂ ਹਟ ਕੇ ਇਹਨੂੰ ਇਸ ਟਾਈਮ ਬਿਮਾਰੀ ਦਾ ਕੋਈ ਅਟੈਕ ਹੈ ਨਹੀਂ ਹੈ ਔਰ ਇਹਨੂੰ ਅਸੀਂ ਇਸ ਟਾਈਮ ਤੱਕ ਖੁਰਾਕੀ ਦੇ ਚੁੱਕੇ ਹਾਂ ਨੈਕਸਟ ਕੀ ਦੇਵਾਂਗੇ ਸਪਰੇਅ ਕਿਹੜੇ ਕਰ ਚੁੱਕੇ ਹਾਂ ਔਰ ਉਸ ਤੋਂ ਹਟ ਕੇ ਔਰ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਕਿ ਸਾਡੀ ਫਸਲ ਹੈ ਜਿਹੜੇ ਤਿਲ ਅਸੀਂ 18 ਮਈ ਨੂੰ ਕਾਸ਼ਤ ਕੀਤੇ ਸਨ ਉਨ੍ਹਾਂ ਦੀ ਕਟਾਈ ਤੋਂ ਬਾਅਦ ਜਿਹੜਾ ਵਾ ਅੱਜ ਹੈ 24 ਅਗਸਤ ਠੀਕ ਹੈ ਔਰ ਅੱਜ ਇੱਥੇ ਵੀ ਅਸੀਂ ਜਿਹੜੀ ਮੱਕੀ ਦੀ ਜਿਹੜੀ ਉਹ ਕਾਸ਼ਤ ਸਟਾਰਟ ਕੀਤੀ ਹੋਈ ਮੱਕੀ ਇਸ ਤੋਂ ਬਾਅਦ ਵੀ ਅਸੀਂ ਕਾਸ਼ਤ ਕਰਨੀ ਹੈ ਉਮੀਦ ਹੈ ਕਿ ਐਂਡ ਆਂਦੇ ਆਖਰੀ ਦਿਨਾਂ ਦੇ ਵਿੱਚ ਜਿਹੜਾ ਨਾ ਉਹ ਸਾਡੀ ਮੱਕੀ ਜਿਹੜੀ ਅਸੀਂ 50 60 ਏਕੜ ਕਾਸ਼ਤ ਕਰਨੀ ਸੀ ਉਹ ਸਾਡੀ ਕੰਪਲੀਟ ਹੋ ਜਾਏਗੀ ਔਰ ਮختلف ਵੈਰਾਈਆਂ ਜਿਹੜੀਆਂ ਅਸੀਂ ਕਾਸ਼ਤ ਕਰ ਰਹੇ ਹਾਂ ਹੁਣ ਸਿਰਫ ਸਾਡੇ ਕੋਲ ਜਗ੍ਹਾ ਉਹ ਹੀ ਬਚੀ ਹੈ ਜਿਹੜੀ ਹਾਈਬ੍ਰਿਡ ਅਸੀਂ ਕਟਾਈ ਕੀਤੀ ਸੀ ਸਨ ਅਜ ਤੋਂ 10 15 ਦਿਨ ਪਹਿਲੇ 10 ਦਿਨ ਪਹਿਲੇ ਤਕਰੀਬਨ 14 ਅਗਸਤ ਨੂੰ ਅਸੀਂ ਉਹਨਾਂ ਦੀ ਖਟਾਈ ਕੀਤੀ ਸੀਗੀ ਔਰ ਸਿਰਫ ਬਾਰਿਸ਼ਾਂ ਦੀ ਵਜ੍ਹਾ ਨਾਲ ਜਿਹੜਾ ਉਹ ਲੇਟ ਹੋ ਗਿਆ ਜ਼ਮੀਨ ਥੋੜੀ ਜਿਹੀ ਤਿਆਰ ਕਰਨੇ ਆ ਤੋਂ ਫਿਰ ਬਾਰਿਸ਼ ਪੈ ਜਾਂਦੀ ਇਸ ਵਜ੍ਹਾ ਤੋਂ ਥੋੜਾ ਜਿਹਾ ਲੇਟ ਹੋ ਗਿਆ ਔਰ ਜਿਹੜੀ ਆ ਮੱਕੀ ਦੀ ਫਸਲ ਚ ਇਸ ਟਾਈਮ ਮੈਂ ਖੜਾ ਵਾਂ ਇਹ ਵੀ ਸਾਨੂੰ ਕਾਸ਼ਤ ਕਰਵਾਇਆ ਕਾਸ਼ਤ ਤੇ ਅਸੀਂ ਅੱਗੇ ਵੀ ਡਿਕਲਪ ਦੀਆਂ ਔਰ ਪਾਈਨਰ ਦੀਆਂ ਵੈਰਾਈਟੀਆਂ ਔਰ ਬਾਕੀ ਵੀ ਵੈਰਾਈਟੀਆਂ ਜਿਹੜੀਆਂ ਅਸੀਂ ਕਾਸ਼ਤ ਕਰਦੇ ਆ ਲੇਕਿਨ ਜਿਹੜੇ ਏਕੜ ਜਿਵੇਂ ਇਸ ਟਾਈਮ ਖੜਾ ਵਾਂ ਜਾਂ ਸਾਹਮਣੇ ਜਿਹੜੀ ਜਗ੍ਹਾ ਤੇ ਲੇਬਰ ਦਵਾਈ ਪਾ ਰਹੀ ਆ ਇਹ ਤਕਰੀਬਨ ਜਿਹੜੇ ਆ ਇੱਥੇ ਕੋਈ 5-7 ਏਕੜ ਹੈ ਜਿਹੜੀ ਜਗ੍ਹਾ ਤੇ ਮੈਂ ਇਸ ਟਾਈਮ ਉੱਪਰ ਹਾਂ ਠੀਕ ਹੈ ਇਹਨਾਂ ਚ ਦੋ ਏਕੜ ਐਸੇ ਨੇ ਜਿਹੜੇ ਡਿਕਲਬ اور ਪਾਇਨੀਅਰ ਲੰਗਵਾਏ ਨੇ ਉਹ ਡਿਕਲਬ ਵਾਲੇ ਡਿਕਲਬ ਵਾਲੇ ਨੇ ਖੁਦ ਜਿਹੜਾ ਉਹ ਬੀ ਲਿਆਣ ਕਿਸਾਨ ਦਿੱਤਾ ਸੀ ਇੱਕ ਥੈਲਾ 80 ਬਾਈ ਦਾ ਉਸ ਤੋਂ ਇਲਾਵਾ ਵੀ ਅਸੀਂ 80 ਬਾਈ ਕਾਸ਼ ਕੀਤਾ ਵਾ 3875 ਪਾਇਨੀਅਰ ਵਾਲੇ ਦਾ ਕਾਸ਼ ਕੀਤਾ ਵਾ 4040 ਕਾਸ਼ ਕੀਤਾ ਵਾ 8148 ਕਾਸ਼ ਨੂੰ ਕਰਦੇ ਪਏ ਹਾਂ مختلف ਜਿਹੜੀਆਂ ਵਰਾਇਟੀਆਂ مختلف ਟਾਈਮ ਦੇ ਵਿੱਚ ਕਾਸ਼ ਕਰ ਰਹੇ ਹਾਂ ਗੱਲ ਕਰਨ ਦਾ ਮਕਸਦ ਇਹ ਕਿ ਇਹ ਅਸੀਂ ਮੱਕੀ ਲਾਈ ਸੀਗੀ 31 ਜੁਲਾਈ ਨੂੰ اور ਅੱਜ 24 ਅਗਸਤ ਹੋ ਗਿਆ 24 ਦਿਨਾਂ ਦੀ ਫਸਲ ਹੋ ਗਈ ਹੈ ਔਰ ਇਹ ਜਿਹੜਾ ਨਾ ਮੁਕਾਬਲੇ ਚ ਮਸਲਨ ਅਮਰੀਕਾ ਵਾਲੇ ਦੇਕਲ ਵਾਲਿਆਂ ਨੇ ਕਿਹਾ ਕਿ ਤੁਸੀਂ 3875 ਦੇ ਜਿਹੜਾ ਨਾ ਮੁਕਾਬਲੇ ਤੇ ਲਾਓ ਔਰ ਉਹਨਾਂ ਨੇ ਲਗਵਾਏ ਵੀ ਹੈ ਅੱਗੇ ਇੱਕ ਦੋ ਵਿਜ਼ਿਟ ਕਰ ਗਏ ਨੇ ਇਨਸ਼ਾਅੱਲਾਹ ਤਾਲ ਹੁਣ ਜਿਸ ਦਿਨ ਆਏ ਆਪਣੇ ਭਾਈਆਂ ਨਾਲ ਮੈਂ ਸ਼ੇਅਰ ਕਰਾਂਗਾ ਔਰ ਇਹਨਾਂ ਦੇ ਬਾਰੇ ਪੁੱਛਾਂਗੇ ਔਰ ਇਹ ਜਿਹੜਾ ਵਾ ਅਸੀਂ ਦੂਸਰਾ ਅਸੀਂ ਬਾਈ ਜਿਹੜਾ ਵਕਾਸ਼ ਕੀਤਾ ਹਿਆ ਨੈਕਸਟ ਜਿਹੜਾ ਅਗਲੇ ਖੱਤੇ ਦੇ ਵਿੱਚ ਆ ਉਹ 3875 ਕਾਸ਼ਤ ਕੀਤਾ ਵਾ ਔਰ ਸੇਮੀ ਨੂੰ ਖੁਰਾਕ ਵਗੈਰਾ ਦੇ ਰਹੇ ਬਾਕੀ ਐਵਰੇਜ ਅੱਛੀ ਮਾੜੀ ਨਹੀਂ ਤੁਮੇ ਵੈਰਾਈਆਂ ਠੀਕ ਨੇ ਮਾੜੀਆਂ ਨਹੀਂ ਲੇਕਿਨ ਉਹ ਗੱਲ ਹੁਣ ਆ ਗਈ ਮੁਕਾਬਲੇ ਜਿਹੇ ਦੇ ਵਿੱਚ ਤੇ ਵੇਖੋ ਹੁਣ ਕੀ ਕਰਦੀ ਕਿਹੜੀ ਵੈਰਾਈ ਜਿਹੜੀ ਅੱਗੇ ਜਾਂਦੀ ਹੈ ਬਾਕੀ ਇਸ ਟਾਈਮ ਤੱਕ ਅਸੀਂ ਇਹਨੂੰ ਜਿਹੜੀ ਖੁਰਾਕ ਦੇ ਚੁੱਕੇ ਡੀਪੀ ਦਿੱਤੀ ਹੈ ਥੋੜੀ ਬਹੁਤੀ ਨਾਲ ਯੂਰੀਆ ਜਿਹੜੀ ਉਹ ਭਾਈ ਹੈਗੀ ਯੂਰੀਆ ਹੁਣ ਸਟਾਰਟ ਕਰਾਂਗੇ ਹੁਣ ਇਸ ਟਾਈਮ ਤੁਸੀਂ ਇਹ ਦੇਖ ਸਕਦੇ ਬਿਲਕੁਲ ਜਿਹੜੀਆਂ ਖੇੜਾਂ ਤੁਹਾਨੂੰ ਇਹ ਸਾਫ ਨਜ਼ਰ ਆ ਰਹੀਆਂ ਨੇ ਉਸ ਗੈਂਗਵੀ ਦਾ ਜਿਹੜਾ ਸਪਰੇਅ ਕੀਤਾ ਨਾਲ ਐਮਐਮ ਐਕਟਨ ਤੇ ਲਿਊਫਰਾਨ ਕਰ ਦਿੱਤਾ ਸੁੰਢੀ ਵਾਸਤੇ ਸੁੰਢੀ ਦਾ ਇ ਹਮ ਲਾਏਗਾ ਸੀ ਉਹਨ ਦੇ ਕੰਟਰੋਲ ਵਾਸਤੇ ਔਰ ਅੱਜ ਅਸੀਂ 24 ਦਿਨ ਬਾਅਦ ਕਾਸ਼ ਤੋਂ 24 ਦਿਨ ਬਾਅਦ ਇਹ ਜਿਹੜੀ ਉਹ ਦਾਣੇਦਾਰ ਪਾਉਂਦੇ ਕਿਉਂਕਿ ਪਹਿਲੇ ਸਪਰੇਅ ਕਰ ਦਿੱਤਾ ਸੀ ਉਹਦੀ ਵਜ੍ਹਾ ਨਾਲ ਜਿਹੜੀ ਬਿਮਾਰੀ ਥੋੜੀ ਜਿਹੀ ਕੰਟਰੋਲ ਹੋ ਗਈ ਔਰ ਇੰਨੀ ਜ਼ਿਆਦਾ ਨਹੀਂ ਹੈ ਲੇਕਿਨ ਥੋੜੀ ਬਹੁਤੀ ਹੈ ਸੋ ਹੁਣ ਦਾਣੇਦਾਰ ਜਿਹੜੀ ਪਾਈ ਹੁੰਦਣਾ ਜਿਹੜੀ ਇਹ ਕੰਟਰੋਲ ਹੋ ਜਾਏਗੀ ਔਰ ਨੈਕਸਟ ਹੁਣ ਇਨਸ਼ਾ ਅੱਲਾਹ ਅਸੀਂ ਅੱਜ ਇਹਨੂੰ ਜਿਹੜੀ ਦੁਬਾਰਾ ਜਿਹੜੀ ਆ ਪਾਣੀ ਵੀ ਸਟਾਰਟ ਕਰ ਦਾਂਗੇ ਥੋੜਾ ਜਿਹਾ ਇਹਨੂੰ ਸੋਕਾ ਜਿਹਾ ਵੀ ਦਿੱਤਾ ਵਾ ਤੁਹਾਨੂੰ ਇਹਨੂੰ ਥੋੜਾ ਜ ਮਹਿਸੂਸ ਇਸ ਟਾਈਮ ਕਰਾ ਰਹੇ ਹੋਗੇ ਪਤਾ ਹੈ ਕਿ ਇਹਨਾਂ ਨੂੰ ਸੁੱਕਾ ਹੋਇਆ ਜਾਂ ਸਿਰਫ ਇਸ ਵਾਸਤੇ ਦਿੱਤਾ ਸੀ ਜਿਹੜਾ ਗੰਧ ਗੁੰਦ ਹੈ ਜਿਹੜਾ ਸਪਰੇਅ ਜਿਹੜਾ ਕੀਤਾ ਵਾ ਉਹ ਗੰਧ ਜਿਹੜਾ ਵਾ ਇੱਕ ਵਾਰੀ ਖਤਮ ਹੋ ਜਾਏਗਾ ਫਿਰ ਹੁਣ ਅੱਜ ਇਨਸ਼ਾਅੱਲਾ ਦਾਣੇਦਾਰ ਜਿਹੜੀ ਇਹਦੀ ਕੰਪਲੀਟ ਹੋ ਜਾਏਗੀ ਔਰ ਐਦਰੋਂ ਯੂਹੀ ਸਾਡਾ ਪਾਣੀ ਫ੍ਰੀ ਹੋਏਗਾ ਮੱਕੀ ਲਗਵਾ ਕੇ ਤੇ ਅਸੀਂ ਜਿਹੜਾ ਇਹਨੂੰ ਸਟਾਰਟ ਕਰ ਦਾਂਗੇ ਯੂਰੀਆ ਕਰਾਂਗੇ ਨਾਲ ਜਿਹੜੀ ਉਹ ਜ਼ਿੰਕ ਜਿਹੜੀ ਹੈ ਉਹ ਅਸੀਂ ਇੱਕ ਨੂੰ ਜਿਹੜੀ 5-5 ਲੀਟਰ ਜਾਂ 10-10 ਲੀਟਰ ਜਿਹੜੀ ਉਹ ਪਾਵਾਂਗੇ ਠੀਕ ਹੈ ਕਰਾਂਗੇ ਦਾਣੇਦਾਰੀ ਨੂੰ ਪੈ ਗਈ ਆ ਫੋਂ ਪਾਣੀ ਸ਼ਾਣੀ ਨੂੰ ਭਰਾ ਦੇਾਂਗੇ ਕਰੀ ਬਿਹਤਰੀਨ ਦੀ ਗਲੋਸਰ ਬਿਹਤਰ ਹੋ ਜਾਏਗੀ ਥੋੜਾ ਜਿਹੜਾ ਨਾ ਤੁਹਾਨੂੰ ਮਹਿਸੂਸ ਹੋ ਰਿਹਾ ਹੈਗਾ ਕਿ ਵਿੱਚ ਪੱਕੀ ਜੀ ਵੀ ਹੈ ਲੇਕਿਨ ਸਿਰਫ ਪਾਣੀ ਜਿਹੜਾ ਨਾ ਥੋੜਾ ਰੋਕੇ ਆਂਦਾ ਔਰ ਕਿਸੇ ਜਗ੍ਹਾ ਤੇ ਬਾਰਿਸ਼ ਦੀ ਵਜ੍ਹਾ ਨਾਲ ਪਾਣੀ ਜ਼ਿਆਦਾ ਭੰਡ ਦੇ ਵਜ੍ਹਾ ਨਾਲ ਵੀ ਹੋ ਗਿਆ ਵਾ ਬਾਕੀ ਇਸ ਟਾਈਮ ਤੱਕ ਤਾਂ ਮੈਂ ਦਿਖਾ ਦੇਣਾ ਹੁਣ ਦੀ ਪੋਜੀਸ਼ਨ ਜਿਹੜੀ ਹੈ ਬੈਕ ਕੈਮਰਾ ਕਰਕੇ ਕੀ ਹੈਗੀ ਹੈ ਪਾਕੀ ਮਾਸ਼ਾਅੱਲਾ ਦੇਖ ਸਕਦੇ ਹੋ ਗ੍ਰੋਥ ਵੀ ਠੀਕ ਹੈ ਰੰਗ ਵੀ ਕਦਰੇ ਬਿਤਰ ਹੈ ਮਾੜਾ ਨਹੀਂ ਹੈ ਕਿਸੇ ਕਿਸੇ ਜਗ੍ਹਾ ਤੇ ਜਿਹੜਾ ਨਾ ਕੋ ਚੀਨੀ ਜਿੱਥੇ ਪਾਣੀ ਥੋੜਾ ਜਿਆਦਾ ਉੱਥੇ ਕੋ ਥੋੜਾ ਹੈ ਲੇਕਿਨ ਉਹ ਵੀ ਹੁਣ ਜਿਹੜਾ ਨਾ ਇਨਸ਼ਾਅੱਲਾਹ ਮਖਾਦ ਸ਼ਾਦ ਹੋਣਾ ਪਾ ਜ਼ਿੰਕ ਵਗੈਰਾ ਯੂਰੀ ਵਗੈਰਾ ਜੇ ਨਪਾਈ ਤੈਨੂੰ ਬਿਹਤਰ ਹੋ ਜਾਣਾ ਔਰ ਦਾਣੇਦਾਰ ਬਣਨ ਦਾ ਮਕਸਦ ਹੁੰਦਾ ਵਾ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਇਹ ਜਿਹੜਾ ਪੌਦਾ ਵਾ ਇਹ ਤੁਸੀਂ ਦੇਖ ਸਕਦੇ ਜੀ ਬਿਲਕੁਲ ਜਿਹੜੀ ਨਾ ਇਹਦੀ ਗੁਲੀ ਜੀ ਐ ਸੁੱਕਦੀ ਜਾ ਰਹੀ ਕਿਉਂਕਿ ਇਹਦੇ ਵਿੱਚ ਹੈ ਸੁੰਡੇ ਠੀਕ ਹੈ ਔਰ ਇਹ ਵਿੱਚ ਸ਼ਾਇਦ ਤੁਹਾਨੂੰ ਇਹ ਇਹ ਸੁੰਡੀ ਹੈ ਇਹਦੇ ਵਿੱਚ ਠੀਕ ਹੈ ਔਰ ਗੋਲੀ ਜਿਹੜੀ ਉਹ ਅੰਦਰੋਂ ਖਤਮ ਕਰ ਦਿੰਦੀ ਤੁਲਮੂੜ ਤੋਂ ਖਾ ਦੇਗੀ ਤੇ ਇਹ ਜਿਹੜਾ ਤੁਹਾਡਾ ਗੋਸ਼ਾ ਵਾ ਇਹ ਬਿਲਕੁਲ ਖਤਮ ਹੋ ਜਾਏਗਾ ਸਾਨੂੰ ਟਾਂਡਾ ਤੁਹਾਡਾ ਜ਼ਾਇਆ ਕਰਤਾ ਹੁਣ ਦਾਣੇਦਾਰ ਦਾ ਇਹ ਫਾਇਦਾ ਹੈ ਕਿ ਦਾਣੇਦਾਰ ਜਦੋਂ ਜੋਣੀ ਨੇ ਇਹਦੇ ਵਿੱਚ ਪਾਣੀ ਗੋਲੀ ਦੇ ਲੇਬਰ ਨੇ ਤੇ ਸੁੰਡੀ ਜਿਹੜੀ ਵਿੱਚ ਹੋਣੀ ਹੈ ਉਹ ਖਤਮ ਹੋ ਜਾਣੀ ਔਰ ਜਿਹੜੀ ਦਾਣੇਦਾਰ ਅਸੀਂ ਪਾ ਰਹੇ ਹਾਂ ਇਹ ਅਸੀਂ ਜ਼ੀਰੋ ਸਾਈਜ਼ ਬਜਰੀ ਲਿਆਣ ਕੇ ਬਾਜ਼ਾਰ ਚੋਂ ਮਿਲ ਜਾਂਦੀ ਹੈ ਉਹ ਥੈਲਾ ਤਕਰੀਬਨ 1.5 200 ਰੁਪਏ ਦਾ ਉਹਦੇ ਚ 15 ਕਿਲੋ ਵਜ਼ਨ ਹੁੰਦਾ ਬਜਰੀ ਦਾ ਠੀਕ ਹੈ ਕਮੋਬੇਸ਼ ਔਰ ਉਹ ਅਸੀਂ 2 ਕਿਲੋ ਜਿਹੜਾ ਨਾ ਉਹ ਪਵਾ ਰਹੇ ਹਾਂ ਔਰ ਉਹਨੂੰ ਜ਼ਹਿਰ ਅਸੀਂ ਲਾ ਰਹੇ ਹਾਂ ਐਮ ਐਮ ਐਕਟਨ ਔਰ ਓਲੀਓਫਰਾਨ ਜਿਹੜਾ ਨਾ ਉਹ ਲਾ ਰਹੇ ਹਾਂ ਔਰ ਉਹ ਤਕਰੀਬਨ ਜਿਹੜੀ ਹੈ ਬਜਰੀ ਬਣਦੀ 15 ਕਿਲੋ 15 ਤੋਂ ਲਗਭਗ ਔ ਕਿਲੋ ਅੱਧਾ ਵੱਧ ਘੱਟ ਤਾਂ ਹੋ ਸਕਦਾ ਉਹਨੂੰ ਅਸੀਂ ਤਿੰਨ ਤਿੰਨ ਗਲਾਸੀਆਂ ਜਿਹੜੀਆਂ ਨੇ ਓ ਲਾ ਰਹੇ ਤਿੰਨ ਤਿੰਨ ਗਲਾਸੀਆਂ ਐਮ ਐਮ ਐਕਟਨ ਦੀਆਂ ਔਰ ਤਿੰਨ ਗਲਾਸੀਆਂ ਜਿਹੜੀਆਂ ਓਲੀਓਫਰਾਨ ਦੀਆਂ ਲਾਂਖੇ ਜਿਹੜਾ ਵਾ ਉਹ ਦਾਣੇਦਾਰ ਜਿਹੜੀ ਪਾਈ ਜੇ ਨਾ ਰਿਜ਼ਲਟ ਅੱਛਾ ਵੈਸੇ ਬਾਜ਼ਾਰ ਚੋਂ ਲੈ ਕੇ ਕਿਸੇ ਕੰਪਨੀ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਵੀ ਵੈ ਚਾਰ ਕਰਕੇ ਇਹਦਾ ਰਿਜ਼ਲਟ ਅੱਛਾ ਪਾ ਕਿਉਂਕਿ ਜਿਹੜੀ ਸੁੰਡੀ ਹੈਗੀ ਬਿਲਕੁਲ ਜਿਹੜੀ ਖਤਮ ਹੋ ਜਾਂਦੀ ਲਿਉਫਰਾਨ ਔਰ ਐਮ ਐਮ ਐਕਟਨ ਦਾ ਸਪਰੇ ਵੀ ਅਸੀਂ ਇਹਦਾ ਹੀ ਕੀਤਾ ਸੀਗਾ ਔਰ ਹੁਣ ਅਸੀਂ ਦਾਣੇਦਾਰ ਜਿਹੜੀ ਆ ਪਾ ਰਹੇ ਬਜਰੀਨ ਲਾ ਕੇ ਇਹ ਪਾ ਰਹੇ ਅੱਛਾ ਰਿਜ਼ਲਟ ਹੈਗਾ ਬਾਕੀ ਹਰ ਬੰਦੇ ਦੀ ਆਪਣੀ ਜਿਹੜੀ ਆ ਉਹ ਜ਼ਿੰਮੇਦਾਰ ਕਰਨ ਦਾ ਅੰਦਾਜ਼ ਜਾਂ ਦਵਾਈ ਸਪਰੇ ਕਰਨ ਦਾ ਖਿਆਲ ਹੁੰਦਾ ਔਰ ਕੰਪਨੀਆਂ ਦੀ ਲੈ ਕੇ ਜਿਹੜੀ ਉਹ ਵੀ ਇਸਤੇਮਾਲ ਕਰਦੇ ਨੇ ਲੇਕਿਨ ਇਹ ਕਿ ابتدਾਈ ਜਿਹੜਾ ਨਾ ਅਸੀਂ ਹੁਣ ਇਸ ਤਨ ਬਜਰੀ ਦੇ ਵਿੱਚ ਜਿਹੜਾ ਨਾ ਮਤਲਬ ਜ਼ਹਿਰ ਲਾ ਕੇ ਬਜਰੀ ਨੂੰ ਜ਼ੀਰੋ ਸੈਜ ਨੂੰ ਉਪਾਰ ਰਹੇ ਹਾਂ ਉਹਦਾ ਰਿਜ਼ਲਟ ਅੱਛਾ ਹੈਗਾ ਸੁੰਡੀ ਬਿਲਕੁਲ ਹੀ ਸਫਾਇਆ ਹੋ ਜਾਏਗੀ ਸਪਰੇਮਾ ਸਪਰੇਵੀਆਂ ਹੋ ਕੇ ਕੀਤੀ ਹੈ ਬਾਕੀ ਜਿਹੜੀ ਕਸਰ ਰਹਿ ਗਈ ਹੁਣ ਥੋੜੀ ਬਹੁਤ ਹੀ ਉਹ ਵੀ ਇਹਦੇ ਨਾਲ ਖਤਮ ਹੋ ਜਾਏਗੀ ਬਾਕੀ ਹੁਣ ਇਨਸ਼ਾ ਅੱਲਾਹ ਤਾਲਾ ਅੱਜ ਇਹਨੂੰ ਪਾਣੀ ਵੀ ਸਟਾਰਟ ਕਰ ਦਿੰਨੇ ਔਰ ਨਾਲ ਜਿਹੜੀ ਯੂਰੀਆ ਔਰ ਜ਼ਿੰਕ ਵਗੈਰਾ ਵੀ ਬਾਕੀ ਦੁਆਵਾਂ ਵਿੱਚ ਯਾਦ ਰੱਖਿਏਗਾ ਆਪਣਾ ਖਿਆਲ ਰੱਖਿਏਗਾ ਅੱਲਾ ਨਿਗ